ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ ਚ ਮੇਰੇ ਨਾਲ ਹੈ ਅਮ੍ਰਿਤਪਾਲ ਸਿੰਘ ਜੋ ਆਏ ਨੇ ਸੰਗਰੂਰ ਤੋਂ ਆਪਣਾ ਵੀਜ਼ਾ ਪਾਸਪੋਰਟ ਲੈਣ ਲਈ ਜਿਨ੍ਹਾਂ ਦਾ ਵੀਜ਼ਾ ਆਇਆ ਡਿਪੈਂਡੈਂਟ ਕੰਗ੍ਰੈਚੁਲੇਸ਼ਨ ਥੈਂਕ ਯੂ ਮੈਮ ਤੇ ਅਮ੍ਰਿਤ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਪ੍ਰੋਸੈਸ ਕਦੋਂ ਸਟਾਰਟ ਹੋਇਆ ਸੀ ਤੇ ਕਿਹੜੀ ਬ੍ਰਾਂਚ ਉਹਨਾਂ ਨੇ ਵਿਜ਼ਿਟ ਕੀਤਾ ਤੇ ਇਹਨਾਂ ਦੇ ਵਾਈਫ ਨੇ ਵੀ ਸਾਡੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਹੀ ਆਪਣੀ ਫਾਈਲ ਲਗਵਾਈ ਸੀ ਅਮ੍ਰਿਤ ਕੀ ਕਹੋਗੇ ਤੁਸੀਂ ਮੈਮ ਅਸੀਂ ਬ੍ਰਾਂਚ ਚੰਡੀਗੜ੍ਹ ਤੋਂ ਵਿਜ਼ਿਟ ਕੀਤਾ ਸੀਗਾ ਸੁਖਬੀਰ ਮੈਮ ਲਈ ਕੌਂਸਲਰ ਸੀ ਸਾਡੇ ਅਤੇ ਅਸੀਂ ਇੱਥੇ ਸਾਡਾ ਕੇਸ ਨੀਤੀਆਂ ਮੈਮ ਲਈ ਸੀਗਾ ਅਤੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਸਕਸੈਸਫੁਲੀ ਸਾਨੂੰ ਸਾਡਾ ਵੀਜ਼ਾ ਮਿਲ ਗਿਆ ਅਤੇ ਜਦੋਂ ਵੀ ਅਸੀਂ ਕਾਲ ਕਰਦੇ ਸਾਡੀ ਕਾਲ ਪਿੱਕ ਹੁੰਦੀ ਸੀਗੀ ਅਤੇ ਸਾਡਾ ਲੈਂਡਮਾਰਕ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਸਾਡੀ ਹੈ ਜੀ ਵੀ ਤੁਸੀਂ ਲੈਂਡਮਾਰਕ ਆ ਤੋਂ ਕੋਈ ਵੀਜ਼ਾ ਲਗਵਾਉਣਾ ਤੁਸੀਂ ਉਹ ਲਗਵਾਓ ਚਾਹੇ ਸਟੱਡੀ ਆ ਚਾਹੇ ਸਪਾਊਸ ਹੈ ਤਾਂ ਬਹੁਤ ਵਧੀਆ ਲੈਂਡਮਾਰਕ ਗਾਈਡ ਕਰਦੇ